मेरी शेरा वाली माँ तेरे दर दी नौकरी चंगी चंगी। मेरी शेरा वाली माँ वाली माँ तेरे दर दी नौकरी चंगी चंगी। ना थोड़ कोई रहंदी रहंदी ना परेशानी ना कोई तंगी। हे मां सारी दुनिया नु मैं अपना बना के देख लिया, हर रिश्ता मैं अजमा के देख लिया, पर मेरी मां मैनू हर दर तो धक्के मिले ने। हुण मैं दर दर दा ठुकराया होया तेरे चरणां च आया। हुण मेरे जीवन दी कोई तमन्ना है कि जिन्नियां घड़ियां शरीर अंदर साह चलना है मैं तेरे दरबार दा नौकर बन के रवां, मैं तेरे दरबार दा चाकर बन के रवां। एक बार जिन्हां दे हाथ फ्री है दोनों हाथ उपर खड़े करके आशीर्वाद दे दो, दोनों हाथ खड़े करके जयकारा बोलना है। जयकारा जगदियां जोतां वाली माई जी दा, मेरा नंबर खत्म हो गया।
ਹੋਇਆ ਸੀ ਗਾਣ ਦਾ ਪਰ ਮੱਥਾ ਟੇਕਣ ਵਾਲਿਆਂ ਦੀ ਲਾਈਨ ਖਤਮ ਨਹੀਂ ਹੋਈ ਸੀ। ਉਹੀ ਜਗ੍ਹਾ ਹੈ ਉਹੀ ਵਕਤ ਪਰ ਬਿਮਾਰੀ ਨੇ ਸਾਰੇ ਇੰਨੀ ਕੁ ਦੂਰ ਕਰਦੇ ਕਿ ਆਪਣੇ ਤੋਂ ਆਪਣਾ ਡਰਦਾ ਇਸ ਵੇਲੇ ਹੁਣ ਤਾੜੀ ਹੋ ਜਾਏ। ਇਹਦੇ ਵਿੱਚ ਮਾਂ ਦੀ ਕਮੀ ਨਹੀਂ ਹੈ, ਮਾਂ ਦਾ ਦੋਸ਼ ਨਹੀਂ ਹੈ, ਇਹ ਸਾਡੀ ਇਨਸਾਨ ਦੀ ਕਮੀ ਹੈ। ਕਿਉਂਕਿ ਇਨਸਾਨ ਜਿਹੜਾ ਭਗਵਾਨ ਬਣ ਗਿਆ ਸੀ ਸੈਣੀ ਸਾਹਿਬ, ਇਨਸਾਨ ਜਿਹੜਾ ਸੀ ਭਗਵਾਨ ਬਣ ਗਿਆ ਸੀ, ਭਗਵਾਨ ਨੂੰ ਵਿਚਾਰੇ ਨੂੰ ਪੂੰਜੇ ਕਰਦਾ ਹੈ। ਸੱਚੀ ਗੱਲ ਹੈ, ਹੁਣ ਇਹਨਾਂ 8 ਮਹੀਨੇ 'ਚ ਐਸਾ ਕੋਈ ਵੀ ਮਹਾਂਪੁਰਸ਼ ਸਾਹਮਣੇ ਨਹੀਂ ਆਇਆ ਕਿ ਜਿਹਨੇ ਸ਼ਾਦੀ ਠੋਕ ਕੇ ਗਿਆ ਹੋਵੇ ਕਿ ਜਾਓ ਦਸੰਬਰ 'ਚ ਕਰੋਨਾ ਖਤਮ ਹੋ ਜਾਣਾ ਜਾਂ ਜਨਵਰੀ 'ਚ ਕਰੋਨਾ ਖਤਮ ਹੋ ਜਾਣਾ ਜਾਂ ਨਵੰਬਰ 'ਚ ਕਰੋਨਾ ਖਤਮ ਹੋ ਜਾਣਾ। ਜੇ ਇੱਕ ਵੀ ਐਸਾ ਆਇਆ ਤਾਂ ਮੈਨੂੰ ਦੱਸ ਦਿਓ ਆਖਿਰ ਵੇਲੇ ਕੌਣ ਨੇ ਕਿਹੜੇ ਹੱਥ ਫੜਿਆ ਸਾਡਾ? ਮਾਂ ਨੇ। ਮੇਰੀ ਹੋਸ਼ ਦੇ ਵਿੱਚ ਮੇਰੇ ਕਿ ਮੇਰੇ ਫਾਦਰ ਦੇ ਹੋਸ਼ ਵਿੱਚ ਵੀ ਪਹਿਲੀ ਵਾਰ ਮਾਂ ਦੇ ਭਵਨ ਬੰਦ ਹੋਏ, ਦਰਬਾਰ ਬੰਦ ਹੋਏ। ਮਾਂ ਬੱਚਾ ਗਲਤੀ ਕਰੇ ਮਾਂ ਬਾਪ ਸਜ਼ਾ ਦਿੰਦੇ ਪਰ ਥੋੜ੍ਹੇ ਟਾਈਮ ਲਈ ਦਿੰਦੇ, ਇਸ ਕਰਕੇ ਸਜ਼ਾ ਦਿੰਦੇ ਕਿ ਹੁਣ ਵੀ ਸੁਧਰ ਜਾ, ਅਸੀਂ ਹੁਣ ਵੀ ਸੁਧਰ ਜਾਈਏ। ਵੈਸੇ ਵਕਤ ਨਹੀਂ ਹੈ ਇਨਸਾਨ ਦੇ ਕੋਲ, ਟਾਈਮ ਨਹੀਂ ਹੈ, ਲੇਕਿਨ ਫਿਰ ਵੀ ਜਿੰਨੀਆਂ ਘੜੀਆਂ ਅਸੀਂ ਚੌਂਕੀ 'ਚ ਬੈਠੀਆਂ ਕੀਰਤਨ 'ਚ ਬੈਠੀਆਂ, ਮਾਂ ਦੇ ਨਾਮ ਲਿਖ ਜਾਓ। ਅੱਛਾ ਲੱਗੇ ਤਾਂ ਤਾੜੀ ਮਾਰੋ। ਤੁਹਾਨੂੰ ਮੈਂ ਦੋਨੋਂ ਭੈਣਾਂ ਨੂੰ ਪੂਰਾ ਮੌਕਾ ਦੇਵਾਂਗਾ 12 ਵਜੇ ਤੋਂ ਬਾਅਦ ਗੱਲਾਂ ਕਰਨ ਦਾ, ਟੈਨਸ਼ਨ ਨਹੀਂ ਲੈਣੀ। ਮੈਂ ਜੋ ਗੱਲ ਹੈ ਮੈਂ ਪੁੱਛ ਵੀ ਲੈਂਦਾ ਕਿ ਮੈਂ ਕਹਿ ਕੀ ਰਿਹਾ। ਚੌਂਕੀ 'ਚ ਬੈਠਣ ਦਾ, ਸਤਸੰਗ 'ਚ ਬੈਠਣ ਦਾ, ਜਾਗਰਣ 'ਚ ਬੈਠਣ ਦਾ ਮਤਲਬ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਜਿਸ ਭਾਅ ਆਏ ਤੁਸੀਂ ਭਾਅ ਚੱਲ ਜਾਓ। ਰੇਟ ਸਸਤੇ 'ਚ ਆਏ ਹਾਂ ਅਤੇ ਰੇਟ ਆਪਣਾ ਮਹਿੰਗਾ ਕਰਕੇ ਜਾਈਏ, ਮਤਲਬ ਕਮੀਆਂ ਲੈ ਕੇ ਆਏ ਹਾਂ। ਹੁਣ ਮਾਂ ਦੇ ਦਰ ਤੋਂ ਮਿਹਰਾਂ ਲੈ ਕੇ ਜਾਈਏ, ਆਪਣੀਆਂ ਭੁੱਲਾਂ ਬਖਸ਼ਾ ਕੇ ਲੈ ਜਾਈਏ। ਪਰ ਦੋਨੇ ਹੱਥ ਖੜੇ ਕਰੋ, ਜਿਹੜੇ ਮਾਂ ਦੇ ਨੌਕਰ ਨੇ ਉਹੀ ਹੱਥ ਖੜੇ ਕਰੋ।